FM. ਹਾਨੀ ਜੀ ਸਾਡੇ ਆਪਣੇ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ, ਨਾਰਥ ਈਸਟ ਨੂੰ ਰਿਪ੍ਰੈਜ਼ੈਂਟ ਕਰਦੇ ਨੇ. ਮਾਣ ਹੁੰਦਾ ਜਦੋਂ ਸਾਡੀਆਂ ਆਪਣੀਆਂ ਬੇਟੀਆਂ ਖਾਸ ਤੌਰ ਦੇ ਉੱਤੇ ਵੱਡੇ ਅਹੁਦਿਆਂ ਤੇ ਪਹੁੰਚਦੀਆਂ ਨੇ. ਆਪਣਾ ਆਪਣੇ ਭਾਈਚਾਰੇ ਚੋਂ ਕੋਈ ਵੀ ਵਿਅਕਤੀ ਵੱਡੇ ਅਹੁਦੇ ਤੇ ਜਾਂਦਾ, ਮਾਣ ਵੀ ਮਹਿਸੂਸ ਹੁੰਦਾ, ਖੁਸ਼ੀ ਵੀ ਹੁੰਦੀ ਹੈ. ਤੇ ਬਹੁਤ ਵੱਡਾ ਮਹਿਕਮਾ ਵੀ ਇਹਨਾਂ ਨੂੰ ਦਿੱਤਾ ਗਿਆ ਹੈ, ਜਿਸਨ ਕਹਿਣੀ ਉਹਨਾਂ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ. ਰਾਜਨ ਜੀ ਤੁਹਾਡਾ ਬਹੁਤ ਸਵਾਗਤ, ਵੈਰੀ ਗੁੱਡ ਮਾਰਨਿੰਗ, ਵੈਲਕਮ. Very good morning, ji, and that's so sweet, Rishi ji. Thank you, ji. Ta sare srotiyan nu pyar bhari sat sri akal ji, assalam alaikum, namaskar, hari ali madad, and once again good morning. I'm so happy to be here today. Thank you very much, Rajan ji. ਹੁਣ ਤੁਸੀਂ ਉਹ ਸਾਰੇ ਸੈਲੂਟੇਸ਼ਨ ਜਿਹੜੇ ਯਾਦ ਕਰ ਲਈਆਂ, ਯਾਦ ਕਰ ਲਿਆ, ਕਿਉਂਕਿ ਮੈਂ ਚਾਹੁੰਦੀ ਮੈਂ ਕਿਸੇ ਨੂੰ ਮਿਸ ਨਾ ਕਰ ਲਵਾਂ. ਹੁਣ ਮੈਂ ਟਗਾਲੋ ਇਨ ਫਿਲੀਪੀਨੋ, ਆਮ ਵਰਕਿੰਗ ਔਨ ਦੈਟ ਐਸ ਵੈਲ. ਓ ਗ੍ਰੇਟ, ਦੈਟਸ ਨਾਈਸ. ਤੁਹਾਡੇ ਪ੍ਰੀਮੀਅਰ ਵੀ ਕਈ ਲੈਂਗੁਏਜਸ ਵਿੱਚ ਗ੍ਰੀਟਿੰਗਸ ਪੇਸ਼ ਕਰ ਦਿੰਦੇ ਨੇ ਜੀ. ਮੈਂ ਤਾਂ ਹੈਰਾਨ ਹੋ ਜਾਂਦੀ ਹਾਂ ਕਈ ਵਾਰੀ, ਕਿਉਂਕਿ ਉਹ ਮੈਂਡਰਿਨ ਵਿੱਚ ਵੀ ਗ੍ਰੀਟਿੰਗਸ. ਉਹਨਾਂ ਨੂੰ ਮਲਟੀਕਲਚਰਲਿਜ਼ਮ ਮਿਨਿਸਟਰ ਹੋਣ ਕਰਕੇ ਉਹਨਾਂ ਨੂੰ ਬਹੁਤ ਸਾਰੀ ਇਨਫੋਰਮੇਸ਼ਨ ਹੈ. ਹੀ ਇਜ਼ ਅਮੇਜ਼ਿੰਗ ਦੈਟ ਵੇ. ਯਾ, ਦੈਟਸ ਰਾਈਟ. ਤੇ ਅਸੀਂ ਇਸ ਵਾਰੀ ਗੱਲ ਕਰਾਂਗੇ ਜੀ, ਪਰ ਮੈਂ ਇਸ ਤੋਂ ਪਹਿਲਾਂ ਕਿ ਆਪਾਂ ਆਪਣੀ ਗੱਲਬਾਤ ਸ਼ੁਰੂ ਕਰੀਏ, ਤੁਹਾਡੇ ਨਾਲ ਤੁਹਾਡੇ ਸਟਾਫ ਦੇ ਦੋ ਮੈਂਬਰਸ ਵੀ ਆਏ ਨੇ, ਆਪਾਂ ਉਹਨਾਂ ਨਾਲ ਵੀ ਇੰਟਰੋਡਕਸ਼ਨ ਕਰਨੀ ਹੈ. ਹਾਂਜੀ, ਜ਼ਰੂਰ ਜੀ. ਪਹਿਲਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਮੈਨੂੰ ਬੜਾ ਮਾਣ ਹੈਗਾ ਆਪਣੇ ਸਟਾਫ ਤੇ. ਆਈ ਹੈਵ ਗ੍ਰੇਟ ਪੀਪਲ ਵਰਕਿੰਗ ਫਾਰ ਮੀ, ਐਂਡ ਹੁਣ ਵੀ ਹੈਵ ਅ ਨਿਊ ਸਟਾਫ ਮੈਂਬਰ, ਮਿਸ ਅਤੀਆ ਆਸ਼ਨਾ ਜੀ ਨਾਲ ਹੈਗੀ ਆ ਜੀ. ਅਤੀਆ ਜੀ, ਵੈਰੀ ਗੁੱਡ ਮਾਰਨਿੰਗ, ਵੈਲਕਮ. ਥੈਂਕ ਯੂ ਰਿਸ਼ੀ, ਯੂ ਆਰ ਅ ਵੈਲ ਨੋਨ ਨੇਮ ਇਨ ਦਾ ਕਮਿਊਨਿਟੀ. ਥੈਂਕ ਯੂ ਸਰ ਜੀ, ਬਹੁਤ ਮਿਹਰਬਾਨੀ. ਹਾਂਜੀ, ਐਂਡ ਜਗਰੂਪ ਭਾਜੀ ਨੂੰ ਵੀ ਸਾਰੇ ਜਾਣਦੇ ਹੈਗੇ ਆ. ਯਾ, ਡੈਫੀਨੇਟਲੀ ਜਗਰੂਪ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਵੀ ਜੀ. ਧੰਨਵਾਦ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ. ਜੀ ਜੀ, ਇਹਨਾਂ ਨੇ ਸਪੋਰਟਸ ਤੇ ਫੀਲਡ ਵਿੱਚ ਆਪਣਾ ਨਾਮ ਬਣਾਇਆ, ਤੇ ਅਤੀਆ ਜੀ ਨੇ ਸੋਸ਼ਲ ਐਂਡ ਕਮਿਊਨਿਟੀ ਸਰਵਿਸਿਜ਼ ਦੇ ਵਿੱਚ ਆਪਣਾ ਨਾਮ ਬਣਾਇਆ. ਹਾਂਜੀ ਬਿਲਕੁਲ ਜੀ, ਤਾਂ ਮੈਂ ਆਪਣੇ ਆਪ ਨੂੰ ਬਹੁਤ ਜਿੱਦਾਂ ਖੁਸ਼ਕਿਸਮਤ ਸਮਝਦੀ ਹੈਗੀ ਹਾਂ ਕਿ ਮੇਰੇ ਨਾਲ ਆਈ ਹੈਵ ਰੀਲੀ ਗੁੱਡ ਪੀਪਲ ਹੈਲਪਿੰਗ ਮੀ ਆਊਟ ਜੀ. ਤੇ ਹੁਣ ਆਪਾਂ ਕਰਦੇ ਹਾਂ ਜੀ ਸਾਲ ਦੀ ਇਸ ਈਅਰ ਐਂਡਰ ਇੰਟਰਵਿਊ ਹੈ ਸਾਡੀ. ਇਹ ਸਾਲ ਕਿਸ ਤਰ੍ਹਾਂ ਦਾ ਰਿਹਾ? ਤੁਸੀਂ ਪਹਿਲੀ ਵਾਰ MLA ਬਣੇ, ਪਹਿਲੀ ਵਾਰ ਮਿਨਿਸਟਰ ਵੀ ਬਣੇ, ਵੱਡੀ ਵੱਡੀ ਜ਼ਿੰਮੇਵਾਰੀ ਵਾਲਾ ਮਹਿਕਮਾ ਤੁਹਾਨੂੰ ਦਿੱਤਾ ਗਿਆ, ਹਾਊ ਡੂ ਯੂ ਫੀਲ? ਕਦੇ ਸੋਚਿਆ ਸੀ ਕਦੇ ਜ਼ਿੰਦਗੀ 'ਚ ਵੀ ਇਸ ਇਸ ਪਾਸੇ ਨੂੰ ਵੀ ਆਉਣਾ ਹੈ? ਯੂ ਨੋ ਰਿਸ਼ੀ ਜੀ, ਮੈਂ ਹੁਣ ਅੱਜ ਇੰਟਰਵਿਊ ਬਾਰੇ ਮੈਂ ਸੋਚ ਰਹੀ ਸੀ, ਤਾਂ ਮੈਂ ਸੋਚ ਰਹੀ ਵੀ ਥੋੜ੍ਹਾ ਜਿਹਾ ਅਸੀਂ ਰੋਲ ਰਿਵਰਸਲ ਕਰੀਏ, ਇਫ ਯੂ ਡੋਨਟ ਮਾਈਂਡ. ਇੱਕ ਅੱਜ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂਗੀ, ਤੁਸੀਂ ਜਵਾਬ ਦੇਣਾ. ਜਸਟ ਇਨਡਲਜ ਮੀ, ਜਸਟ ਵਨ ਕੁਐਸਚਨ. ਠੀਕ ਹੈ ਜੀ, ਤੁਸੀਂ ਜੀ ਜਿਹੜਾ ਸੀ ਇਵੈਂਟ ਕੀਤਾ ਸੀ ਇਨ ਐਡਮਿੰਟਨ ਫੈਡਰਲ ਬਿਲਡਿੰਗ ਵਿੱਚ, ਗੁਰੂ ਨਾਨਕ ਦੇਵ ਜੀ ਦੀ 550th ਬਰਥ ਐਨੀਵਰਸਰੀ, ਤੁਹਾਨੂੰ ਕਿਵੇਂ ਲੱਗਿਆ? ਵਾਓ, ਮੈਂ ਮੇਰੇ ਕੋਲ ਕੋਈ ਸ਼ਬਦ ਨਹੀਂ, ਮੈਂ ਆਈ ਕਾਂਟ ਐਕਸਪ੍ਰੈਸ ਇਟ. ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬਾਨ ਦੀ ਗੱਲ ਕਰਨਾ ਹੀ ਆਪਣੇ ਆਪ ਵਿੱਚ ਵੱਡੇ ਮਾਣ ਦੀ ਗੱਲ ਹੈ. ਔਰ ਫਿਰ ਤੁਸੀਂ ਤੁਹਾਡੀ ਮਹਿਕਮੇ ਵੱਲੋਂ, ਤੁਹਾਡੀ ਮਿਨਿਸਟਰੀ ਵੱਲੋਂ, ਤੁਹਾਡੇ ਵੱਲੋਂ ਖਾਸ ਤੌਰ ਦੇ ਉੱਤੇ ਮੈਨੂੰ ਮੌਕਾ ਦਿੱਤਾ ਗਿਆ ਉੱਥੇ ਬੋਲਣ ਦਾ, ਇਸ ਤੋਂ ਵੱਡੀ ਵੱਡੀ ਮੇਰੇ ਵਾਸਤੇ ਮਾਣ ਦੀ ਗੱਲ ਬਹੁਤ ਜ਼ਿਆਦਾ. ਮੈਂ ਤੁਹਾਡਾ ਧੰਨਵਾਦੀ ਵੀ ਹਾਂ ਔਰ ਮੈਨੂੰ ਚੰਗਾ ਵੀ ਲੱਗਿਆ ਜੀ. That's good. ਮੈਂ ਵੀ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਸੀ. ਤਾਂ ਇਸ ਤਰ੍ਹਾਂ ਮੈਂ ਥੋੜ੍ਹੇ ਜਿਹੇ ਬੈਕਗ੍ਰਾਉਂਡ ਵੀ ਦੇਵਾਂਗੀ. ਜਦੋਂ ਦਸ਼ਮੇਸ਼ ਕਲਚਰ ਸੈਂਟਰ ਦੀ ਨਵੀਂ ਐਗਜ਼ੀਕਿਊਟਿਵ ਕਮੇਟੀ ਨੇ ਚਾਰਜ ਲਿਆ ਸੀ, ਮੈਂ ਉਹਨਾਂ ਨੂੰ ਜਾ ਕੇ ਮਿਲੀ ਸੀ, ਤਾਂ ਅਸੀਂ ਸਾਰਿਆਂ ਨੇ ਸਾਂਝਿਆਂ ਨੇ ਅਸੀਂ ਤੈਅ ਕੀਤਾ ਵੀ ਇਹ ਫੰਕਸ਼ਨ ਕਰਨਾ ਹੀ ਚਾਹੀਦਾ ਆ, ਵੀ ਸ਼ੁਡ ਡੈਫੀਨੇਟਲੀ ਡੂ ਇਟ. ਫਿਰ ਪ੍ਰੀਮੀਅਰਜ਼ ਆਫਿਸ ਨਾਲ ਮੇਰੀ ਗੱਲ ਹੋਈ ਤਾਂ ਉਹ ਵੀ ਬਹੁਤ ਖੁਸ਼ ਸਨ, ਐਂਡ ਮਿਨਿਸਟਰ ਹੇਅਰ ਨੇ ਸਾਨੂੰ ਬਜਟ ਦਿੱਤੀ, ਐਂਡ ਫਿਰ ਜਗਰੂ ਭਾਜੀ, ਤਾਂ ਮੈਂ ਅਸੀਂ ਆਪਣੀਆਂ ਪੈਨਸਲਾਂ ਕੱਢ ਕੇ, ਪੇਪਰ ਕੱਢ ਕੇ ਥਿਮ ਹੋਟਲ ਵਿੱਚ ਅਸੀਂ ਆਪਣੀਆਂ ਲਿਸਟਾਂ ਬਣਾਈਆਂ ਵੀ ਕਿਹੜੇ ਰਾਗੀ ਜਥੇ ਨੂੰ ਬੁਲਾਉਣਾ ਹੈਗਾ, ਕਿਹਨੂੰ ਅਸੀਂ ਬੁਲਾਉਣਾ ਹੈਗਾ ਸਪੀਚ ਦੇਣ ਵਾਸਤੇ, ਤੁਹਾਡਾ ਨਾਮ ਵੀ ਆਇਆ ਸੀ. ਸੋ ਥੈਂਕ ਯੂ. ਐਂਡ ਇੱਕ ਹੋਰ ਮੈਂ ਗੱਲ ਤੁਹਾਨੂੰ ਦੱਸਣਾ ਚਾਹੁੰਦੀ ਸੀ, ਮੈਂ ਆਪਣੀ ਮੰਮੀ ਨੂੰ ਪੁੱਛਿਆ ਸੀ ਵੀ ਤੁਹਾਨੂੰ ਕਿਸ ਸਪੀਚ ਤੁਹਾਨੂੰ ਸਾਰਿਆਂ ਤੋਂ ਵਧੀਆ ਲੱਗਿਆ ਸੀ. ਮੈਂ ਸੋਚ ਰਹੀ ਸੀ ਵੀ ਸ਼ਾਇਦ ਉਹਨਾਂ ਨੇ ਮੇਰਾ ਨਾਂ ਲਿਆ, ਉਹਨਾਂ ਨੇ ਨਹੀਂ ਜੀ, ਰਿਸ਼ੀ ਨਾਗਰ ਜੀ ਦਾ ਸਭ ਤੋਂ ਵਧੀਆ ਸੀ, ਕਿਉਂਕਿ ਤੁਸੀਂ ਗੁਰਬਾਣੀ ਬਾਰੇ ਵੀ ਤੁਸੀਂ ਦੱਸਿਆ ਸੀ. ਸੋ ਸ਼ੀ ਇਜ਼ ਅ ਬਿਗ ਫੈਨ, ਸੋ ਥੈਂਕ ਯੂ ਸੋ ਮਚ. ਸੋ ਸਵੀਟ, ਥੈਂਕ ਯੂ. ਉਹ ਮੈਨੂੰ ਜਿੱਥੇ ਵੀ ਮਿਲਦੇ ਨੇ ਮੈਨੂੰ ਬੜਾ ਪਿਆਰ ਮਿਲਦਾ ਉਹਨਾਂ ਕੋਲੋਂ, ਚੰਗਾ ਲੱਗਦਾ ਜੀ ਉਹਨਾਂ ਨਾਲ ਗੱਲ ਕਰਕੇ ਜੀ, ਥੈਂਕ ਯੂ. ਤੇ ਜੀ ਹੁਣ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਤੁਸੀਂ ਕਦੇ ਆਪਣੇ ਜੀਵਨ 'ਚ ਕਦੇ ਸੋਚਿਆ ਸੀ ਪੋਲੀਟਿਕਸ ਵਿੱਚ ਆਉਣ ਬਾਰੇ? ਨਹੀਂ ਜੀ, ਮੈਨੂੰ ਇਹ ਕਾਫੀ ਵਾਰੀ ਇਹ ਸਵਾਲ ਪੁੱਛਿਆ ਜਾਂਦਾ ਹੈਗਾ, ਮੈਂ ਕਦੇ ਇਸ ਵੱਲ ਮੇਰਾ ਕਦੇ ਧਿਆਨ ਨਹੀਂ ਸੀ ਹੈਗਾ, ਕਿਉਂਕਿ ਮੈਂ ਆਪਣੇ ਪਰਿਵਾਰ ਵਿੱਚ ਬਿਜ਼ੀ ਸੀ, ਬੱਚਿਆਂ ਨਾਲ ਬਿਜ਼ੀ ਸੀ, ਐਂਡ ਮੇਰਾ ਕੰਮ ਕਾਫੀ ਵਧੀਆ ਸੀ ਇਨ ਦੀ ਓਇਲ ਐਂਡ ਗੈਸ ਇੰਡਸਟਰੀ, ਆਈ ਹੈਡ ਅ ਰੀਲੀ ਗ੍ਰੇਟ ਜੋਬ ਐਂਡ ਆਈ ਵਾਸ ਡੂਇੰਗ ਵੈਲ. ਪਰ ਹੁਣ ਜਿਸ ਤਰ੍ਹਾਂ ਸਾਡੇ ਹਾਲਾਤ ਹੋ ਚੁੱਕੇ ਨੇ ਇਕੋਨਮੀ ਵਿੱਚ, ਮੈਨੂੰ ਵੀ ਥੋੜ੍ਹਾ ਜਿਹਾ ਫਿਕਰ ਪੈ ਗਿਆ. ਮੇਰੀ ਬੇਟੀ ਬਾਰੇ ਮੈਂ ਬਹੁਤ ਗੱਲ ਕਰਦੀ ਹੁੰਦੀ ਹਾਂ, ਸ਼ੀ ਇਜ਼ ਅ ਰਿਜ਼ਰਵਾਇਰ ਇੰਜੀਨੀਅਰ, ਐਂਡ ਉਸ 'ਤੇ ਵੀ ਅਸਰ ਪਿਆ ਸੀ. ਸ਼ੀ ਲੋਸਟ ਹਰ ਜੋਬ, ਸ਼ੀ ਵਾਜ਼ ਲੇਡ ਆਫ. ਫਿਰ ਇਹ ਸਾਰੀਆਂ ਚੀਜ਼ਾਂ ਮੈਂ ਸੋਚ ਕੇ ਮੈਂ ਆਪਣੇ ਮਨ 'ਚ
ਜਿੱਦਾਂ ਆਪਣੇ ਆਪ ਨੂੰ ਮੈਂ ਪੁੱਛਿਆ ਵੀ ਮੈਂ ਕੀ ਕਰ ਸਕਦੀ ਹਾਂ, ਹਾਊ ਕੈਨ ਆਈ ਮੇਕ ਅ ਡਿਫਰੈਂਸ, ਐਂਡ ਸੋ ਆਈ ਯੂ ਨੋ ਦੇਰ ਇਜ਼ ਐਨ ਓਪਨਿੰਗ ਇਨ ਨੌਰਥ ਈਸਟ ਕੈਲਗਰੀ ਐਂਡ ਆਈ ਐਮ ਫਰੋਮ ਦਿਸ ਪਾਰਟ ਆਫ ਦ ਸਿਟੀ, ਐਂਡ ਸੋ ਆਈ ਸਟੂਡ ਫੋਰ ਦ ਨੋਮੀਨੇਸ਼ਨ, ਵਨ ਦ ਨੋਮੀਨੇਸ਼ਨ, ਵਨ ਦ ਇਲੈਕਸ਼ਨ, ਐਂਡ ਹੇਅਰ ਆਈ ਐਮ। ਵਾਹ ਜੀ ਵਾਹ। ਤੇ ਅੱਗੋਂ ਜਿਹੜਾ ਮਹਿਕਮਾ ਤੁਹਾਨੂੰ ਮਿਲਿਆ, ਦਿਸ ਤੁਸੀਂ ਦੱਸਿਆ ਸੀ ਕਿ ਫੋਰਥ ਲਾਰਜੈਸਟ ਮਿਨਿਸਟਰੀ। ਹਾਂਜੀ, ਇਸ ਦੀ ਬਜਟ ਇਜ਼ ਦ ਫੋਰਥ ਲਾਰਜੈਸਟ ਇਨ ਆਲ ਆਫ ਗਵਰਨਮੈਂਟ। ਮੇਰੀ ਬਜਟ ਹੈਗੀ ਹੈ $3.9 billion, ਐਂਡ ਜਿਹੜੀ ਇਹ ਸਾਡੀ ਨਵੀਂ ਬਜਟ ਹੈਗੀ ਹੈ 2019 ਦੀ, ਮੈਨੂੰ ਸਭ ਤੋਂ ਵੱਡੀ ਇਨਕਰੀਸ ਮਿਲੀ ਸੀ ਅਕ੍ਰੋਸ ਗਵਰਨਮੈਂਟ ਆਫ $276 million। ਸੋ ਵੀ ਡੂ ਵੈਰੀ ਇੰਪੋਰਟੈਂਟ ਵਰਕ ਇਨ ਦ ਸੋਸ਼ਲ ਸਰਵਿਸਿਸ ਸੈਕਟਰ। ਮੈਂ ਇੱਕ ਹਾਸੇ ਦੀ ਤੇ ਥੋੜੀ ਜਿਹੀ ਬਦਮਾਸ਼ੀ ਵਾਲੀ ਗੱਲ ਕਰਨ ਲੱਗਿਆ। ਹਾਂਜੀ ਜ਼ਰੂਰ। ਇੰਡੀਆ ਵਿੱਚ ਮੇਰਾ ਇੱਕ ਦੋਸਤ, ਹਾਂਜੀ, ਫੈਡਰਲ ਜਿਹੜੀ ਉੱਥੇ ਸਾਡੇ ਸੈਂਟਰ ਸ਼ਬਦ ਵਰਤਦੇ, ਸੈਂਟਰ ਗਵਰਨਮੈਂਟ ਦੇ ਵਿੱਚ ਮਿਨਿਸਟਰ ਬਣ ਗਿਆ। ਮੇਰਾ ਉਹ ਦੋਸਤ ਸੀ ਤੇ ਉਹ ਮਿਨਿਸਟਰ ਬਣਿਆ, ਤੇ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਕਿਹੜਾ ਮਹਿਕਮਾ ਮਿਲਣ ਦੀ ਸੰਭਾਵਨਾ ਤੈਨੂੰ? ਉਹ ਕਹਿੰਦਾ ਮੇਰੇ ਕੋਲ PWD ਦਾ ਮਿਨਿਸਟਰ ਆਫ ਸਟੇਟ, ਜਿਹੜਾ ਛੋਟਾ ਮਿਨਿਸਟਰ ਹੋਊਗਾ, ਮੈਂ ਅਸੀਂ ਉਹਨੂੰ ਐਸੋਸੀਏਟ ਮਿਨਿਸਟਰ ਕਹਿ ਦਿੰਦੇ ਹਾਂ, ਤੇ ਸਾਡੇ ਉੱਥੇ ਮਿਨਿਸਟਰ ਆਫ ਸਟੇਟ ਕਹਿੰਦੇ ਉਹਨੂੰ, ਛੋਟਾ ਜੂਨੀਅਰ ਮਿਨਿਸਟਰ। ਮੈਂ ਕਿਹਾ PWD ਦਾ ਤੇ ਬਜਟ ਕਿੰਨਾ ਤੇਰੇ ਕੋਲ? ਉਹ ਕਹਿੰਦਾ ਮੇਰੇ ਕੋਲ ਹੈਗਾ 21 billion ਜਿਹੜੇ ਇੰਡੀਅਨ ਰੂਪੀਜ਼ ਦਾ ਬਜਟ ਹੈ। ਤੇ ਮੈਂ ਕਿਹਾ ਫਿਰ ਮੈਂ ਤਾਂ ਤੇਰਾ ਦੋਸਤ ਹਾਂ, ਮੈਂ ਤੇਰਾ ਭਰਾ ਹਾਂ, ਤੂੰ ਮੇਰਾ ਵੀ ਖਿਆਲ ਰੱਖਣਾ। ਉਹ ਕਹਿੰਦਾ ਚਿੰਤਾ ਨਾ ਕਰ, ਆਪਣੇ ਸਾਰੇ ਬੰਦਿਆਂ ਦਾ ਖਿਆਲ ਰੱਖਾਂਗੇ। ਤੁਸੀਂ ਵੀ ਕਿਹਾ ਵੀ 3 billion ਤੋਂ ਜ਼ਿਆਦਾ ਦਾ ਤੁਹਾਡਾ ਬਜਟ ਹੈ, ਤੁਸੀਂ ਵੀ ਸਾਡਾ ਖਿਆਲ ਰੱਖੋਗੇ? ਬਿਲਕੁਲ ਜੀ, ਕਿਉਂ ਨਹੀਂ, ਮੈਂ ਤਾਂ ਸਾਰਿਆਂ ਦਾ ਖਿਆਲ ਰੱਖਾਂਗੀ ਜਿਹੜੇ ਸਾਡੇ ਸਾਰੇ ਅਲਬਰਟਨਸ ਹੈਗੇ ਆ। ਮੈਂ ਆਪਣਾ ਕੰਮ ਕਰ ਰਹੀ ਹਾਂ, ਸੋ ਆਈ ਐਮ ਅ ਬਿਗ ਪਾਰਟ ਆਫ ਦ ਹੋਲ ਗਵਰਨਮੈਂਟ, ਅਸੀਂ ਸਾਰੇ ਇਕੱਠੇ ਰਲ ਮਿਲ ਕੇ ਕੰਮ ਕਰਦੇ ਹਾਂ। ਜੀ ਜੀ ਜੀ, ਵੀਲ ਟੇਕ ਕੇਅਰ ਆਫ ਐਵਰੀਬਾਡੀ, ਦੈਟਸ ਰਾਈਟ, ਤੁਹਾਡਾ ਵੀ ਅਸੀਂ ਪੂਰਾ ਧਿਆਨ ਰੱਖਾਂਗੇ। ਜੀ, ਬੜੀ ਮਿਹਰਬਾਨੀ। ਤੇ ਹੁਣ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਫਾਰਮਲੀ ਕੁਐਸਚਨ ਆਨਸਰ ਸ਼ੁਰੂ ਕਰਾਂਗੇ ਜੀ ਇਸ ਬ੍ਰੇਕ ਤੋਂ ਬਾਅਦ। ਸਾਡੇ ਨਾਲ ਸਾਡੇ ਸੂਬੇ ਦੇ ਮਿਨਿਸਟਰ ਆਫ ਕਮਿਊਨਿਟੀ ਐਂਡ ਸੋਸ਼ਲ ਸਰਵਿਸਿਜ਼ ਆਨਰੇਬਲ ਰਾਜਨ ਸਾਹਨੀ ਜੀ ਅੱਜ ਸਟੂਡੀਓ ਦੇ ਵਿੱਚ ਨੇ। ਸਾਡੀ ਗੱਲਬਾਤ ਉਹਨਾਂ ਦੇ ਨਾਲ ਚੱਲ ਰਹੀ ਹੈ ਯੀਅਰ ਐਂਡ ਇੰਟਰਵਿਊ ਦੇ ਰੂਪ ਵਿੱਚ। ਰਾਜਨ ਜੀ, ਸਾਨੂੰ ਇੱਕ ਬੜਾ ਇੰਪੋਰਟੈਂਟ ਪ੍ਰੋਗਰਾਮ ਹੈ ਤੁਹਾਡੀ ਮਿਨਿਸਟਰੀ ਦਾ, ਏਸ਼ ਪ੍ਰੋਗਰਾਮ ਅਸੀਂ ਉਹਨੂੰ ਕਹਿੰਦੇ ਹਾਂ, ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ ਵੀ ਇਹ ਕੀ ਪ੍ਰੋਗਰਾਮ ਹੈ, ਕਿਹਦੇ ਵਾਸਤੇ ਹੈ, ਕੌਣ ਇਹਨੂੰ ਲੈ ਸਕਦਾ, ਐਲੀਜੀਬਿਲਟੀ ਕ੍ਰਾਈਟੀਰੀਆ ਕੀ ਹੈਗਾ? ਜੀ, ਥੈਂਕ ਯੂ ਜੀ ਰਿਸ਼ੀ, ਐਂਡ ਥੈਂਕ ਯੂ ਫੋਰ ਆਸਕਿੰਗ ਦਿਸ ਕੁਐਸਚਨ, ਕਿਉਂਕਿ ਮੈਂ ਕਾਫੀ ਸਮੇਂ ਤੋਂ ਮੈਂ ਸੋਚ ਰਹੀ ਹਾਂ ਕਿ ਇਸ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਥੋੜ੍ਹੀ ਜਿਹੀ ਹੈ ਨਾ ਜਾਣਕਾਰੀ ਦੇਣਾ ਚਾਹੁੰਦੀ ਹਾਂ ਸਾਰੇ ਸਰੋਤਿਆਂ ਨੂੰ, ਕਿਉਂਕਿ ਜਦੋਂ ਮੈਂ ਗੱਲ ਕਰਦੀ ਹਾਂ ਵਿਦ ਆਮ ਐਲਬਰਟਨਸ, ਪੀਪਲ ਡੋਂਟ ਨੋ ਵਟ ਦਿਸ ਪ੍ਰੋਗਰਾਮ ਇਜ਼। ਸੋ ਏਸ਼ ਦੀ ਸਪੈਲਿੰਗ ਹੈਗੀ ਹੈ AISH, Assured Income for the Severely Handicapped. ਮਤਲਬ ਜਿਹੜੇ ਸਾਡੇ ਵਲਨਰੇਬਲ ਐਲਬਰਟਨਸ ਹੈਗੇ ਆ, ਜਿਹਨਾਂ ਨੂੰ ਡਿਸੇਬਿਲਿਟੀ ਹੈਗੀ ਹੈ ਜਿਸ ਦੇ ਕਾਰਨ ਉਹ ਕੰਮ ਨਹੀਂ ਕਰ ਸਕਦੇ ਐਂਡ ਜਿਸ ਦਾ ਕੋਈ ਇਲਾਜ ਨਹੀਂ ਹੈਗਾ, ਉਹਨਾਂ ਨੂੰ ਬੈਨੀਫਿਟ ਮਿਲ ਸਕਦਾ ਹੈ ਸਰਕਾਰ ਵੱਲੋਂ, ਰਾਈਟ? ਤੇ ਇਸ ਬੈਨੀਫਿਟ ਦੇ 5 hisses ਹੈਗੇ ਆ। ਪਰ ਬਿਫੋਰ ਆਈ ਗੈਟ ਇਨਟੂ ਦੇਅਰ, ਮੈਂ ਜਿਹੜਾ ਇਹ ਪ੍ਰੋਗਰਾਮ ਹੈਗਾ ਏਸ਼ ਦਾ, ਮੇਰੀ ਪੂਰੀ ਬਜਟ ਹੈਗੀ ਹੈ $1.2 billion ਪ੍ਰੋਗਰਾਮ ਵਾਸਤੇ, ਏਸ਼ ਵਾਸਤੇ। ਹਾਂਜੀ ਜੀ, ਤਾਂ ਨਾਲ ਨਾਲ ਮਿਨਿਸਟਰੀ ਆਫ ਹੈਲਥ, ਉਹਨਾਂ ਦੇ ਵੀ ਬਜਟ ਹੈਗਾ ਫਾਰ $250 million ਫਾਰ ਦਾ ਹੈਲਥ ਕੰਪੋਨੈਂਟ, ਠੀਕ ਹੈ ਜੀ? ਸੋ ਜਿਵੇਂ ਮੈਂ ਕਹਿ ਰਹੀ ਸੀ, ਏਸ਼ ਦੇ 5 hisses ਹੈਗੇ ਆ। ਇੱਕ ਹਿੱਸਾ ਹੈਗਾ ਕੈਸ਼ ਕੰਪੋਨੈਂਟ, ਹੈ ਨਾ, ਉਹ $1,685 ਕੈਸ਼ ਕੰਪੋਨੈਂਟ ਹੈਗਾ, ਜਿਸ ਨੂੰ ਐਲੀਜੀਬਿਲਿਟੀ ਹੈਗੀ ਆ ਉਹਨਾਂ ਨੂੰ ਇਹ ਕੈਸ਼ ਕੰਪੋਨੈਂਟ ਮਿਲੇਗਾ। ਦੂਜਾ ਹਿੱਸਾ ਹੈਗਾ ਹੈਲਥ ਬੈਨੀਫਿਟਸ, ਮਤਲਬ ਪ੍ਰਿਸਕ੍ਰਿਪਸ਼ਨ ਡਰੱਗਸ, ਐਨਕਾਂ ਵਾਸਤੇ ਪੈਸੇ, ਡਾਇਬੈਟਿਕ ਸਪਲਾਈਜ਼, ਇਸ ਤਰ੍ਹਾਂ ਦੀਆਂ ਚੀਜ਼ਾਂ। ਤੀਜਾ ਹਿੱਸਾ ਹੈਗਾ ਡੈਂਟਲ ਬੈਨੀਫਿਟਸ, ਚੌਥਾ ਹਿੱਸਾ ਹੈਗਾ ਸਪਲੀਮੈਂਟਲ ਬੈਨੀਫਿਟਸ, ਉਹਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ, ਐਮਰਜੈਂਸੀ ਬੈਨੀਫਿਟਸ, ਜੇ ਤੁਹਾਡੀਆਂ ਯੂਟੀਲਿਟੀਜ਼ ਕੱਟ ਹੋ ਗਈਆਂ ਤੁਹਾਨੂੰ ਉਸ ਵਾਸਤੇ ਤੁਹਾਨੂੰ ਕੈਸ਼ ਮਿਲ ਸਕਦਾ ਹੈ ਟੂ ਹੈਲਪ ਕਿਤ ਦ ਯੂਟੀਲਿਟੀਜ਼ ਰੀਕਨੈਕਟਡ। ਸਪੈਸ਼ਲ ਡਾਇਟਸ ਲਈ ਵੀ ਸਪਲੀਮੈਂਟ ਮਿਲਦਾ ਹੈਗਾ, ਜੇ ਤੁਹਾਨੂੰ ਲੋ ਸੋਡੀਅਮ ਦੀ ਡਾਇਟ ਦੀ ਲੋੜ ਹੈਗੀ ਹੈ ਔਰ ਹਾਰਟ ਹੈਲਥੀ ਡਾਇਟ, ਉਸੇ ਲਈ ਵੀ ਥੋੜ੍ਹੇ ਜਿਹੇ ਕੈਸ਼ ਕੰਪੋਨੈਂਟ ਮਿਲਦਾ ਹੈਗਾ। ਐਂਡ ਦ ਫਾਈਨਲ ਕੰਪੋਨੈਂਟ ਇਜ਼ ਜੇ ਤੁਹਾਡੇ ਬੱਚੇ ਹੈਗੇ ਆ, ਤੁਹਾਨੂੰ ਉਹਦੇ ਵਾਸਤੇ ਵੀ ਬੈਨੀਫਿਟ ਮਿਲ ਸਕਦਾ ਹੈਗਾ। ਸੋ ਇਹ ਹੈਗਾ ਏਸ਼ ਦਾ ਪ੍ਰੋਗਰਾਮ। ਐਂਡ ਜਿਹੜਾ ਇਹ ਕੈਸ਼ ਕੰਪੋਨੈਂਟ ਹੈਗਾ, ਇਸ ਦੇ ਬਾਰੇ ਹੁਣ ਅਸੀਂ ਥੋੜ੍ਹਾ ਜਿਹਾ ਅਸੀਂ ਗੱਲ ਕਰਾਂਗੇ। ਫਰੋਮ 2008 to 2012 ਤੱਕ ਇਹ ਕੈਸ਼ ਕੰਪੋਨੈਂਟ ਤਕਰੀਬਨ $1,000 ਦਾ ਸੀ। 2012 ਵਿੱਚ PC ਸਰਕਾਰ ਸੀ ਉਸ ਵੇਲੇ, ਐਲਿਸਨ ਰੈਡਫਰਡ ਵਾਸ ਅ ਪ੍ਰੀਮੀਅਰ, ਉਹਨਾਂ ਨੇ ਕੈਸ਼ ਪੋਰਸ਼ਨ $400 ਤੋਂ ਵਧਾ ਦਿੱਤਾ। ਸੋ ਇਜ਼ ਦੈਟ 1588। ਦਿਸ ਈਅਰ January 1st ਇਹ ਜਿਹੜਾ ਕੈਸ਼ ਕੰਪੋਨੈਂਟ ਹੈਗਾ 1685 ਤੱਕ ਵਧਾਇਆ ਗਿਆ ਸੀ।
ਇਹ ਜਿਹੜੀ ਪਹਿਲੀ ਸਰਕਾਰ ਸੀ ਐਨਡੀਪੀ ਸਰਕਾਰ ਨੇ ਉਹਨਾਂ ਨੇ ਵਧਾਇਆ ਤਾਂ ਜਿਹੜੀ ਅਸੀਂ ਸਾਡੀ ਸਰਕਾਰ ਆਪੋਜੀਸ਼ਨ ਵਿੱਚ ਸੀ ਐਂਡ ਵੀ ਸਪੋਰਟਡ ਇਟ ਇਟ ਵਾਸ ਅ ਰਾਈਟ ਥਿੰਗ ਟੂ ਡੂ ਐਂਡ ਨਾਲ ਨਾਲ ਇੰਡੈਕਸਿੰਗ ਦੀ ਪ੍ਰੋਵੀਜ਼ਨ ਵਿੱਚ ਪਾਈ ਸੀ ਐਂਡ ਆਈਲ ਟਾਕ ਅਬਾਊਟ ਇੰਡੈਕਸਿੰਗ ਇਨ ਅ ਮਿੰਟ ਜੀ ਜੀ ਸੋ ਜਦੋਂ ਅਸੀਂ ਕੋਈ ਵੀ ਪ੍ਰੋਗਰਾਮ ਬਾਰੇ ਗੱਲ ਕਰਦੇ ਹਾਂ ਕੋਈ ਵੀ ਇਨਵੈਸਟਮੈਂਟ ਬਾਰੇ ਗੱਲ ਕਰ ਰਹੇ ਹਾਂ ਜਾਂ ਖਰਚਾ ਅਸੀਂ ਹਮੇਸ਼ਾ ਦੂਜੇ ਸੂਬਿਆਂ ਨਾਲ ਅਸੀਂ ਕੰਪੈਰੀਸਨ ਕਰਦੇ ਹਾਂ ਇਸ ਦਾ ਮਤਲਬ ਇਹ ਹੈਗਾ ਵੀ ਅਸੀਂ ਦੇਖਣਾ ਚਾਹੁੰਦੇ ਹਾਂ ਵੀ ਅਸੀਂ ਕੀ ਸਿੱਖ ਸਕਦੇ ਹਾਂ ਫਰੋਮ ਅਦਰ ਪ੍ਰੋਵਿੰਸਿਸ ਔਰ ਫਰੋਮ ਦਾ ਫੈਡਰਲ ਗਵਰਨਮੈਂਟ ਇਹ ਵੀ ਅਸੀਂ ਦੇਖਣਾ ਚਾਹੁੰਦੇ ਵੀ ਜੋ ਅਸੀਂ ਪ੍ਰੋਵਿਜ਼ਨ ਦੇ ਰਹੇ ਹਾਂ ਇਜ਼ ਇਟ ਹਾਇਰ ਇਜ਼ ਇਟ ਲੋਅਰ ਇਹ ਕੰਪੈਰੀਸਨ ਹਮੇਸ਼ਾ ਹੁੰਦੀ ਆ ਕਈ ਲੋਕ ਕਹਿੰਦੇ ਵੀ ਤੁਸੀਂ ਕਿਉਂ ਕਰਦੇ ਹਾਂ ਕੰਪੈਰੀਸਨ ਤੁਸੀਂ ਉਸ ਤਰ੍ਹਾਂ ਕਰਨਾ ਚਾਹੀਦੇ ਆ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗ ਰਿਹਾ ਇਹ ਬਿਲਕੁਲ ਗਲਤ ਹੈਗੀ ਆ ਕ੍ਰੋਸ ਜੁਰਿਸਡਿਕਸ਼ਨਲ ਕੰਪੈਰੀਸਨਸ ਆਰ ਆਲਵੇਜ਼ ਅੰਡਰਟੇਕਨ ਫਾਰ ਐਵਰੀ ਪ੍ਰੋਗਰਾਮ ਫਾਰ ਬਾਈ ਐਵਰੀ ਆਰਡਰ ਆਫ ਗਵਰਨਮੈਂਟ ਸੋ ਜਦੋਂ ਅਸੀਂ ਇਹ ਕੰਪੈਰੀਸਨ ਕੀਤੀ ਇਸ ਪ੍ਰੋਗਰਾਮ ਦੀ ਮੈਂ ਪੂਰੀ ਸਟੱਡੀ ਕੀਤੀ ਸੀ ਮੈਂ ਆਪ ਕੀਤੀ ਸੀ ਅਸੀਂ ਦੇਖਿਆ ਐਂਡ ਦ ਮਿਨਿਸਟਰ ਆਫ ਫਾਈਨੈਂਸ ਸ਼ੇਅਰ ਦਿਸ ਵਿਦ ਯੂ ਐਜ਼ ਵੈਲ ਜੇ ਅਸੀਂ ਸਸਕੈਚੁਅਨ ਵੱਲ ਅਸੀਂ ਦੇਖਿਓ ਹੈ ਨਾ ਉਸ ਤੋਂ ਸਾਡੇ ਅਸੀਂ$400 ਜ਼ਿਆਦਾ ਦਿੰਦੇ ਹੈਗੇ ਹਾਂ ਕੈਸ਼ ਕੰਪੋਨੈਂਟ ਵਿੱਚ ਜੇ ਅਸੀਂ ਬੀ ਸੀ ਵੱਲ ਦੇਖੋ ਇਟਸ ਆਲਮੋਸਟ ਆਈ ਥਿੰਕ ਇਟਸ ਆਲਮੋਸਟ $500 ਮੋਰ ਦੈਨ ਵਟ ਬੀ ਸੀ ਗਿਵਸ ਜੇ ਅਸੀਂ ਪੂਰਾ ਆਪਣਾ ਅਸੀਂ ਪ੍ਰੋਗਰਾਮ ਦੇਖੋ ਇਸ ਦਾ ਪ੍ਰੋਗਰਾਮ ਸਾਡੇ ਪੂਰੇ ਦੇਸ਼ ਵਿੱਚੋਂ ਸਭ ਤੋਂ ਹਾਈਐਸਟ ਸਭ ਤੋਂ ਵਧੀਆ ਪ੍ਰੋਗਰਾਮ ਹੈਗਾ ਆ ਓਕੇ ਜਿਹੜੀ ਅਮਾਊਂਟ ਹੈ ਜਿਹੜੀ 1685 ਤੁਸੀਂ ਦੱਸਿਆ ਇਹ ਹਾਈਐਸਟ ਅਮਾਊਂਟ ਜਿਹੜੀ ਦਿੱਤੀ ਜਾ ਰਹੀ ਹੈ ਇਟਸ ਦ ਹਾਈਐਸਟ ਅਮਾਊਂਟ ਐਸ ਕੰਪੇਅਰਡ ਟੂ ਐਨੀ ਅਦਰ ਪ੍ਰੋਵਿੰਸ ਇਨ ਕੈਨੇਡਾ ਰਾਈਟ ਜੀ ਆਈ ਥਿੰਕ ਇਹ ਗੱਲ ਕਾਫੀ ਇੰਪੋਰਟੈਂਟ ਹੈਗੀ ਆ ਐਲਬਰਟਨਸ ਨੂੰ ਸਰੋਤਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਆ ਕਿਉਂਕਿ ਇਸੇ ਬਾਰੇ ਕਾਫੀ ਗੱਲ ਹੁੰਦੀ ਆ ਜੀ ਐਂਡ ਸੋ ਇਟਸ ਆਬਵੀਅਸਲੀ ਇਟਸ ਅ ਹਾਈਐਸਟ ਐਂਡ ਹੁਣ ਜਦੋਂ ਅਸੀਂ ਐਲੀਜੀਬਿਲਿਟੀ ਬਾਰੇ ਗੱਲ ਕਰਦੇ ਹਾਂ ਡਿਸੇਬਿਲਿਟੀ ਬਾਰੇ ਥੋੜ੍ਹੇ ਜਿਹਾ ਮੈਂ ਬ੍ਰੇਕ ਡਾਊਨ ਦੇਣਾ ਚਾਹੁੰਦੀ ਹਾਂ ਤਿੰਨ ਕੈਟਾਗੋਰੀਜ਼ ਹੈਗੀਆਂ ਮੇਨ ਕੈਟਾਗੋਰੀਜ਼ ਫਿਜ਼ੀਕਲ ਡਿਸੇਬਿਲਿਟੀਜ਼ ਇਟਸ ਅਬਾਊਟ 45% ਫਿਜ਼ੀਕਲ ਡਿਸੇਬਿਲਿਟੀਜ਼ ਮਤਲਬ ਜਿਸਨੂੰ ਸਿਸਟਿਕ ਫਾਈਬਰੋਸਿਸ ਸਰੀਬਰਲ ਪਾਲਸੀ ਮਲਟੀਪਲ ਸਕਲੋਰੋਸਿਸ ਇਸ ਤਰ੍ਹਾਂ ਦੀਆਂ ਤੁਸੀਂ ਬੰਦੇ ਨੂੰ ਦੇਖ ਕੇ ਤੁਹਾਨੂੰ ਪਤਾ ਚੱਲ ਜਾਂਦਾ ਦੈਟ ਦੇਅਰ ਇਜ਼ ਅ ਡਿਸੇਬਿਲਿਟੀ ਹੇਅਰ ਦੂਜੀ ਕੈਟਾਗੋਰੀ ਡਿਸੇਬਿਲਿਟੀ ਦੀ ਹੈਗੀ ਹੈ ਮੈਂਟਲ ਇਲਨੈਸਿਸ ਹਾਂਜੀ ਸੋ ਲਾਈਕ ਡਿਪਰੈਸ਼ਨ ਸਕਿਜ਼ੋਫਰੀਨੀਆ ਐਂਗਜ਼ਾਇਟੀ ਇਸ ਤਰ੍ਹਾਂ ਦੀ ਹੈ ਨਾ ਡਿਸੇਬਿਲਿਟੀਜ਼ ਦੈਟਸ ਅਬਾਊਟ 30% ਆਫ ਆਰ ਕਲਾਇੰਟ ਕੇਸ ਲੋਡ ਸੋ ਇਹਦੇ ਕਰਕੇ ਲੋਕ ਕੰਮ ਨਹੀਂ ਕਰ ਸਕਦੇ ਹਾਂਜੀ ਉਹਨਾਂ ਨੂੰ ਉਹਨਾਂ ਨੇ ਐਪਲੀਕੇਸ਼ਨ ਭਰੀ ਆ ਡਾਕਟਰ ਦੀ ਸਰਟੀਫਿਕੇਟ ਭਰ ਕੇ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਹੈ ਨਾ ਐਲੀਜੀਬਿਲਿਟੀ ਵਿੱਚ ਐਂਡ ਆਈ ਕੈਨ ਟਾਕ ਅਬਾਊਟ ਦੈਟ ਟੂ ਬਟ ਮਤਲਬ they are eligible for ਏਜ ਐਂਡ ਦੇ ਹੈਵ ਅ ਡਿਸੇਬਿਲਿਟੀ ਦੈਟ ਪ੍ਰੀਵੈਂਟਸ ਦਮ ਫਰੋਮ ਵਰਕਿੰਗ ਦ ਥਰਡ ਕੈਟਾਗੋਰੀ ਇਜ਼ ਕੋਗਨੀਟਿਵ ਡਿਸੇਬਿਲਿਟੀਜ਼ ਮਤਲਬ people who have certain IQ levels, persons with developmental disabilities, ਹੈ ਨਾ ਸੋ ਇਸ ਤਰ੍ਹਾਂ ਦੀਆਂ ਡਿਸੇਬਿਲਿਟੀਜ਼ ਹੈਗੀਆਂ ਨੇ ਐਂਡ ਜਦੋਂ ਮੈਂ ਸਟੱਡੀ ਕਰ ਰਹੀ ਸੀਗੀ ਪੂਰਾ ਪ੍ਰੋਗਰਾਮ ਮੈਂ ਇਹ ਵੀ ਦੇਖਣਾ ਚਾਹੁੰਦੀ ਸੀ ਵੀ ਅਸੀਂ ਜਦੋਂ ਪੋਵਰਟੀ ਲਾਈਨ ਨਾਲ ਅਸੀਂ ਕੰਪੈਰੀਸਨ ਕਰਦੇ ਹਾਂ ਵੀ ਏਜ ਪ੍ਰੋਗਰਾਮ ਕਿੱਥੇ ਹੈਗਾ ਆ ਐਂਡ ਦ ਏਜ ਪ੍ਰੋਗਰਾਮ ਇਜ਼ ਯੂ ਨੋ ਵੈਲ ਅਬਵ ਦ ਪੋਵਰਟੀ ਲਾਈਨ ਫਿਰ ਇਸ ਪਾਸਿਓਂ ਵੀ ਮੈਨੂੰ ਤਸੱਲੀ ਹੋ ਗਈ ਕਿਉਂਕਿ ਇਸ ਪ੍ਰੋਗਰਾਮ ਦਾ ਮਕਸਦ ਹੈਗਾ ਆ ਵੀ ਜਿਹੜੇ ਸਾਡੇ ਬੇਸਿਕ ਨੈਸੈਸਿਟੀਜ਼ ਹੈਗੀਆਂ ਵੀ ਉਹਦੇ ਵਾਸਤੇ ਦੇਰ ਸ਼ੁੱਡ ਬੀ ਅਨਫ ਪ੍ਰੋਵਿਜ਼ਨ ਸੋ ਦ ਏਜ ਪ੍ਰੋਗਰਾਮ ਇਜ਼ ਵੈਲ ਅਬਵ ਦ ਪੋਵਰਟੀ ਲਾਈਨ ਟੂ ਸੋ ਦੈਟਸ ਗੁੱਡ ਸੋ ਆਈ ਵਾਂਟਡ ਟੂ ਥੋੜ੍ਹੇ ਜਿਹਾ ਇਸਦੇ ਬਾਰੇ ਮੈਂ ਦੱਸਣਾ ਚਾਹੁੰਦੀ ਸੀ ਵੀ ਸਾਰਿਆਂ ਨੂੰ ਥੋੜ੍ਹੀ ਜਿਹੀ ਅੰਡਰਸਟੈਂਡਿੰਗ ਹੋਵੇ ਵੀ ਏਜ ਦਾ ਪ੍ਰੋਗਰਾਮ ਹੈ ਕੀ ਇਸ ਸਮੇਂ ਸਾਡੇ ਤਕਰੀਬਨ 70,000 ਤੱਕ ਸਾਡੇ ਕਲਾਇੰਟਸ ਪਹੁੰਚ ਜਾਣੇ ਹੈਗੇ ਆ ਵੀ ਅਬਾਊਟ 67,000 ਵੀ ਮਾਈਟ ਰੀਚ ਅਬਾਊਟ 70,000 ਠੀਕ ਹੈ ਜੀ 10 ਸਾਲ ਪਹਿਲਾਂ ਸਾਡੇ ਤਕਰੀਬਨ 39,000 ਕਲਾਇੰਟਸ ਸਨ ਅੱਛਾ ਜੀ ਸੋ ਆਲਮੋਸਟ ਡਬਲ ਹੋ ਚੁੱਕੇ ਆ ਪਾਪੂਲੇਸ਼ਨ ਸਾਡੀ 2% ਹਰੇਕ ਸਾਲ ਵੱਧਦੀ ਆ ਜਿਹੜੇ ਏਜ ਕਲਾਇੰਟ ਕੇਸ ਲੋਡ ਇਟਸ ਆਲਮੋਸਟ 4-4.5% ਇਨਕਰੀਸ ਐਵਰੀ ਹੁਣ ਜੇ ਤੁਸੀਂ ਇਹ ਨੰਬਰਸ ਤੁਸੀਂ ਸੋਚ ਕੇ ਤੁਸੀਂ ਪ੍ਰੋਜੈਕਸ਼ਨ ਕਰੋ ਅੱਗੋ ਦੇਖੋ ਹੈ ਨਾ 10 years ਫਰੋਮ ਨਾਓ ਸਾਡੇ ਤਕਰੀਬਨ 1,00,000 ਤੱਕ ਪਹੁੰਚ ਸਕਦੇ ਆ ਕੇਸ ਲੋਡ ਬਜਟ ਮੇਰੀ ਹੈਗੀ ਆ 1.2 billion 2009 500 million ਸੀ ਬਜਟ ਵੀ ਮੋਰ ਦੈਨ ਡਬਲ ਹੋ ਚੁੱਕੀ ਆ ਜੀ 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 ਉਸੇ ਦੇ ਪ੍ਰੋਪੋਰਸ਼ਨ ਚ ਤੁਹਾਡੇ ਕਲਾਇੰਟਸ ਵੀ ਹੋ ਚੁੱਕੇ ਨੇ ਹਾਂਜੀ ਹਾਂਜੀ ਸੋ ਬਸ ਉਸ ਤੋਂ ਜ਼ਿਆਦਾ ਕਲਾਇੰਟਸ ਆਈ ਥਿੰਕ ਇਟ ਇਜ਼ ਪ੍ਰੋਪੋਰਸ਼ਨਲ ਦਾ ਬਜਟ ਹੈਜ਼ ਗੋਨ ਅਪ ਅ ਲਿਟਲ ਬਿਟ ਮੋਰ 2009 ਏਜ ਪ੍ਰੋਗਰਾਮ 1.3% ਸੀਗਾ ਆਫ ਟੋਟਲ ਗਵਰਨਮੈਂਟ ਰੈਵਨਿਊ 2012 ਵਿੱਚ ਇਟ ਵਾਸ 1.8% ਆਫ ਗਵਰਨਮੈਂਟ ਰੈਵਨਿਊ ਅੱਜ 2019 ਇਟਸ 2% ਆਫ ਗਵਰਨਮੈਂਟ ਰੈਵਨਿਊ ਸੋ ਇਟਸ ਅ ਬਿਗ ਪਾਰਟ ਆਫ ਆਰ ਗਵਰਨਮੈਂਟ ਰੈਵਨਿਊਜ਼
ਹੁਣ ਅੱਗੋਂ ਜੇ ਅਸੀਂ ਦੇਖਦੇ ਹਾਂ ਵੀ ਹੈਵ ਸਮ ਚੈਲੰਜਸ ਹਨਾ ਵੀ ਇਹ ਪ੍ਰੋਗਰਾਮ ਅਸੀਂ ਕਿਸ ਤਰ੍ਹਾਂ ਕਾਇਮ ਰੱਖਾਂਗੇ ਕਿਸ ਤਰ੍ਹਾਂ ਜਾਰੀ ਰੱਖਾਂਗੇ ਕਿਉਂਕਿ ਫਾਈਨੈਂਸ਼ੀਅਲ ਚੈਲੰਜਸ ਵੀ ਤਾਂ ਹੈਗੇ ਹੀ ਨੇ ਨਾ ਫੇਸ ਸਮ ਫਾਈਨੈਂਸ਼ੀਅਲ ਚੈਲੰਜਸ ਵੀ ਹੈਗੀਆਂ ਐਂਡ ਇਸੇ ਕਰਕੇ ਮੈਂ ਹਮੇਸ਼ਾ ਕਹਿੰਦੀ ਹਾਂ ਵੀ ਜੇ ਅਸੀਂ ਆਪਣੀ ਇਕਨੋਮੀ ਅਸੀਂ ਮਜ਼ਬੂਤ ਕਰ ਸਕਦੇ ਹਾਂ ਇਨਵੈਸਟਮੈਂਟ ਵਾਪਸ ਆ ਜਾਏ ਦੈਨ ਸਾਡੇ ਰਿਸੋਰਸ ਰੈਵਨਿਊਜ਼ ਵੀ ਵੱਧ ਜਾਂਦੇ ਆ ਸਾਡੇ ਟੈਕਸ ਰੈਵਨਿਊਜ਼ ਵੀ ਵੱਧ ਜਾਂਦੇ ਐਂਡ ਵੀ ਕੈਨ ਫੰਡ ਦੀਸ ਕਾਈਂਡਸ ਆਫ ਸੋਸ਼ਲ ਸਰਵਿਸਿਸ ਸੋ ਦਿਸ ਇਜ਼ ਦੀ ਏਜ ਪ੍ਰੋਗਰਾਮ ਐਂਡ ਇੰਡੈਕਸਿੰਗ ਬਾਰੇ ਵੀ ਕਾਫੀ ਹਨਾ ਕੁਐਸਚਨਸ ਇੰਡੈਕਸ ਦੇ ਬਹੁਤ ਸਾਰੇ ਸਵਾਲ ਸੀਗੇ ਜੀ ਕਿ ਤੁਸੀਂ ਇਹਨੂੰ ਇੰਡੈਕਸ ਤੋਂ ਇੰਡੈਕਸਿੰਗ ਹਟਾ ਦਿੱਤੀ ਹੈ ਹੁਣ ਡੀ ਇੰਡੈਕਸਿੰਗ ਕਰਤਾ ਤੇ ਜਿਹੜੀ ਆ ਲਾਸ ਆ ਪਹਿਲੇ ਸਾਲ ਤੋਂ $30 ਸ਼ੁਰੂ ਹੋ ਜਾਏਗਾ ਜਨਵਰੀ ਤੋਂ ਹਾਂਜੀ ਸੋ ਸਭ ਤੋਂ ਪਹਿਲਾਂ ਇੰਡੈਕਸਿੰਗ ਅਸੀਂ ਹਟਾਈ ਨਹੀਂ ਇੰਡੈਕਸਿੰਗ ਅਸੀਂ ਪੌਜ਼ 'ਤੇ ਰੱਖੀ ਹੋਈ ਆ ਕਿਉਂਕਿ ਸਾਡੇ ਜਿਹੜੇ ਇਕਨੋਮਿਕ ਹਾਲਾਤ ਹੈਗੇ ਆ ਵੀ ਹੈਵ ਟੂ ਬੀ ਵੈਰੀ ਵੈਰੀ ਕੇਅਰਫੁਲ ਵਿਦ ਆਰ ਫੰਡਸ ਸੋ ਇਹਨੂੰ ਕੈਂਸਲ ਨਹੀਂ ਕੀਤਾ ਇਹਨੂੰ ਰੋਕਿਆ ਗਿਆ ਇਹਨੂੰ ਹਾਂਜੀ ਪੌਜ਼ ਕੀਤਾ ਹੋਇਆ ਗਿਆ ਐਂਡ ਇੱਕ ਹੋਰ ਵੀ ਵੈਰੀ ਇੰਪੋਰਟੈਂਟ ਪੀਸ ਆਫ ਇਨਫੋਰਮੇਸ਼ਨ ਅੱਜ ਤੱਕ ਸਰਕਾਰ ਨੇ ਕਦੇ ਇੰਡੈਕਸਿੰਗ ਕੀਤੀ ਨਹੀਂ ਹੈਗੀ ਕਦੇ ਨਹੀਂ ਹੋਏ ਇੰਡੈਕਸਿੰਗ ਸ਼ੁਰੂ ਹੋਣੇ ਵਾਲੀ ਸੀ January 1st of 2020 ਐਂਡ ਜਦੋਂ ਸਾਡੀ ਸਰਕਾਰ ਨੇ ਦੇਖਿਆ ਜਦੋਂ ਪਹਿਲਾਂ ਅਸੀਂ ਆਏ ਅਸੀਂ ਦੇਖੇ ਸਾਡੇ ਹਾਲਾਤ ਫਾਈਨੈਂਸ਼ੀਅਲ ਹਾਲਾਤ ਕਾਫੀ ਜ਼ਿਆਦਾ ਮਾੜੇ ਸੀ ਜਿਸ ਤਰ੍ਹਾਂ ਸਾਨੂੰ ਪਹਿਲਾਂ ਪਤਾ ਸੀ ਦੈਟਸ ਵਾਈ ਆਰ ਗਵਰਨਮੈਂਟ ਸਪੋਰਟਡ ਇੰਡੈਕਸਿੰਗ ਬਟ ਵੀ ਡਿਡਨਟ ਰੀਅਲੀ ਨੋ ਵਟ ਆਰ ਫਾਈਨੈਂਸ਼ੀਅਲ ਸਿਚੁਏਸ਼ਨ ਇਜ਼ ਗੋਇੰਗ ਟੂ ਲੁੱਕ ਲਾਈਕ ਅੰਟਿਲ ਵੀ ਕੇਮ ਇਨਟੂ ਗਵਰਨਮੈਂਟ ਫਿਰ ਗਵਰਨਮੈਂਟ ਵਾਈਡ ਇਹ ਤੈਅ ਕੀਤਾ ਗਿਆ ਸੀ ਕਿ ਅਸੀਂ ਇੰਡੈਕਸਿੰਗ ਅਸੀਂ ਸ਼ੁਰੂ ਕਰਨੀ ਨਹੀਂ ਹੈਗੀ ਕਿਉਂਕਿ ਜਿਹੜਾ ਫਾਈਨੈਂਸ਼ੀਅਲ ਇੰਪੈਕਟ ਇਟਸ ਓਵਰ $1 billion ਨਾਟ ਜਸਟ ਮਾਈ ਮਿਨਿਸਟਰੀ but seniors in housing treasury board and finance fir isi sala it's a difficult decision sade chonde hege ve we always want to do more for the vulnerable but sade financial situation we're not there yet ji right? So it's on pause agon jadon sade situation improve ho jayegi economic recovery tak asi pahunch jawange we'll revisit it we'll start indexing again at that point if the conditions are right so ye permanently band nahi kita nahi ji nahi permanently band nahi hai ga it's on pause and I think minister nal vi thodi gal hoyi si na minister thes unne bhi ji ji unne nal hoyi ya unhone bhi yehi kiya si bhi temporarily asi rokya hai nu jab tak sade funds theek ho jange finance theek ho jange fir asi kar denge nu ji and if ek main hor gal kehna chahundi ha ji kisi koi sun reya hai ga unne nu koi questions hai ga ish bare they can contact me so I do know this program inside yeah surely ek fir break da sama ho reya ji break to baad saadi gal baat fir jari rahegi ji ਸਾਡੇ ਨਾਲ ਸਾਡੇ ਸੂਬੇ ਦੇ ਮਿਨਿਸਟਰ ਆਫ ਕਮਿਊਨਿਟੀ ਐਂਡ ਸੋਸ਼ਲ ਸਰਵਿਸਿਜ਼ ਰਾਜਨ ਸਾਹਨੀ ਜੀ ਅੱਜ ਸਟੂਡੀਓ ਵਿੱਚ ਨੇ ਅਤੇ ਅਸੀਂ ਇਹਨਾਂ ਦੇ ਮਹਿਕਮੇ ਦੇ ਬਾਰੇ ਵਿੱਚ ਇਸ ਸਾਲ ਦੀ ਆਖਰੀ ਗੱਲਬਾਤ ਕਰ ਰਹੇ ਹਾਂ ਅਤੇ ਰਾਜਨ ਜੀ ਇੱਕ ਹੋਰ ਸਵਾਲ ਹੈ ਕਿ ਫੈਮਿਲੀ ਵਾਇਲੈਂਸ ਦੀ ਗੱਲ ਹੋਈ ਸੀ ਪਿਛਲੇ ਦਿਨੀ ਲੀਲਾ ਹੀਰ ਜੀ ਆਏ ਸਨ ਉਹਨਾਂ ਨਾਲ ਵੀ ਇਸੇ ਟੋਪਿਕ 'ਤੇ ਆਈ ਅਤੇ ਫੈਮਿਲੀ ਵਾਇਲੈਂਸ ਨੇ ਕਾਫੀ ਸਾਰੀਆਂ ਜੋਬ ਲੋਸ ਦੇ ਕਰਕੇ ਫੈਮਿਲੀ ਵਾਇਲੈਂਸ ਵੱਧ ਗਈ ਹੈ ਤੇ ਤੁਹਾਡਾ ਮਹਿਕਮਾ ਵੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨੂੰ ਹੱਲ ਕਰਦਾ ਕਿਉਂਕਿ ਤੁਸੀਂ ਕਮਿਊਨਿਟੀ ਦਾ ਮਹਿਕਮਾ ਵੀ ਦੇਖਦੇ ਹੋ ਕਿ ਇਹਦੇ ਤੁਹਾਡੇ ਵੀ ਜੁਰਿਸਡਿਕਸ਼ਨ ਚ ਆਉਂਦਾ ਹਾਂਜੀ ਬਿਲਕੁਲ ਜੀ ਮੇਰੇ ਮਹਿਕਮੇ ਵਿੱਚ ਹੈਗਾ ਆ ਐਂਡ ਪਹਿਲਾਂ ਮੈਂ ਫੈਮਿਲੀ ਵਾਇਲੈਂਸ ਜਨਰਲੀ ਉਸ ਬਾਰੇ ਮੈਂ ਗੱਲ ਕਰਾਂਗੀ ਹੁਣ ਡੋਮੈਸਟਿਕ ਵਾਇਲੈਂਸ ਦੇ ਕਾਫੀ ਸਾਰੀਆਂ ਵਜ੍ਹਾ ਹੁੰਦੀਆਂ ਹੈਗੀਆਂ ਇਟਸ ਕੰਪਲਿਕੇਟਡ ਹੈ ਨਾ ਜੀ ਅਗਲੇ ਦੀ ਸੋਸ਼ਲ ਅਪਬ੍ਰਿੰਗਿੰਗ ਵਟ ਦੇ ਸੀ ਐਟ ਹੋਮ ਵਨ ਦੇਅਰ ਚਿਲਡਰਨ ਇਸ ਦੇ ਨਾਲ ਵੀ ਥੋੜ੍ਹਾ ਜਿਹਾ ਇੰਟਰਜੈਨਰੇਸ਼ਨਲ ਸਾਈਕਲ ਵੀ ਬਣ ਜਾਂਦਾ ਆ ਕਈ ਵਾਰੀ ਸਬਸਟੈਂਸ ਅਬਿਊਸ ਪ੍ਰੋਬਲਮਸ ਕਰਕੇ ਡੋਮੈਸਟਿਕ ਵਾਇਲੈਂਸ ਪ੍ਰੋਬਲਮਸ ਹੁੰਦੀਆਂ ਹੈਗੀਆਂ ਸਮਟਾਈਮਸ ਦੇਅਰ ਇਜ਼ ਮੈਂਟਲ ਹੈਲਥ ਇਸ਼ੂ ਸੋ ਦੀ ਕਾਜ਼ਸ ਆਫ ਡੋਮੈਸਟਿਕ ਵਾਇਲੈਂਸ ਔਰ ਫੈਮਿਲੀ ਵਾਇਲੈਂਸ ਆਰ ਕੰਪਲੈਕਸ ਐਂਡ 3-4 ਸਾਲ ਪਹਿਲਾਂ ਮੈਂ YW ਨਾਲ ਮੈਂ ਵਾਲੰਟੀਅਰ ਕੰਮ ਕਰਦੀ ਸੀਗੀ ਐਂਡ ਮੈਂ ਉੱਥੇ ਸੈਮੀਨਾਰ 'ਤੇ ਗਈ ਸੀ ਤਾਂ ਉਹਨਾਂ ਨੇ ਇੱਕ ਬਹੁਤ ਹੀ ਇੰਟਰਸਟਿੰਗ ਗੱਲ ਸਾਨੂੰ ਦੱਸੀ ਕਿ ਕਈ ਵਾਰੀ ਜਦੋਂ ਇਕੋਨਮੀ ਮਜ਼ਬੂਤ ਹੁੰਦੀ ਆ ਕਾਫੀ ਸਾਰੀ ਇੰਪਲੋਇਮੈਂਟ ਹੁੰਦੀ ਆ ਅਨਇੰਪਲੋਇਮੈਂਟ ਰੇਟ ਇਜ਼ ਲੋ ਉਸ ਟਾਈਮ 'ਤੇ ਕਈ ਵਾਰੀ ਰੇਟਸ ਆਫ ਡੋਮੈਸਟਿਕ ਵਾਇਲੈਂਸ ਆਰ ਹਾਇਰ ਇਸ ਤਰ੍ਹਾਂ ਤੱਕ ਅਸੀਂ ਸੋਚਦੇ ਨਹੀਂ ਹੈਗੇ ਅਸੀਂ ਉਲਟਾ ਸੋਚਦੇ ਹਾਂ ਵੀ ਅਨਇੰਪਲੋਇਮੈਂਟ ਜੋਬ ਲਾਸਿਸ ਕਰਕੇ ਡੋਮੈਸਟਿਕ ਵਾਇਲੈਂਸ ਗੋਜ਼ ਔਨ ਦ ਰਾਈਜ਼ ਬਟ ਇਸ ਤਰ੍ਹਾਂ ਦੀ ਕੋਈ ਰਿਲੇਸ਼ਨਸ਼ਿਪ ਹਜੇ ਸਟੱਡੀਜ਼ ਨੇ ਕੋਈ ਬਣਾਈ ਨਹੀਂ ਹੈਗੀ ਸੋ ਦੇਅਰ ਇਜ਼ ਨੋ ਕਾਜ਼ਲ ਰਿਲੇਸ਼ਨਸ਼ਿਪ ਓਕੇ ਸੋ ਮੇਰੀ ਮਿਨਿਸਟਰੀ ਵਿੱਚ ਅਸੀਂ ਫੰਡਿੰਗ ਦਿੰਦੇ ਹੈਗੇ ਹਾਂ ਟੂ ਵੁਮੈਨਸ ਸ਼ੈਲਟਰਸ ਅਸੀਂ $51 million ਪਰ ਈਅਰ ਸਾਡੀ ਫੰਡਿੰਗ ਹੈਗੀ ਆ ਤੋ ਅਸੀਂ ਕਾਇਮ ਰੱਖੀ ਹੈਗੀ ਵੀ ਆਰ ਵੈਰੀ ਕਮਿਟਡ ਨਾਲ ਨਾਲ ਅਸੀਂ ਸੈਕਸ਼ੂਅਲ ਅਸੋਲਟ ਸੈਂਟਰਸ ਦੀ ਫੰਡਿੰਗ ਅਸੀਂ $5 million ਵਧਾ ਦਿੱਤੀ ਹੈਗੀ ਆ ਐਂਡ ਜਦੋਂ ਅਸੀਂ ਡੋਮੈਸਟਿਕ ਵਾਇਲੈਂਸ ਦੀ ਗੱਲ ਕਰਦੇ ਹਾਂ
we should always think about prevention, number one, and prevention. Bill 17, main usse bare main pehla vi gal kiti si tuhade naal. It's the disclosure to prevent domestic violence. Eh saadi sarkar ne bill introduce kita si. I introduced it. Mm-hmm. I presented it in the legislature. And is bill da eh hega background ve jehda koi relationship vich hega a man or a woman, je oh apne romantic partner bare unna di history bare pata karna chahunde ha, whether they have a criminal conviction or any other relevant convictions, oh pata kar sakde ha. Fir oh apni relationship bare oh faisla bana sakde ha ki eh rishta mere layi theek hai ya nahi. This is Alberta's version of Clare's law. So isde naal it's preventative. And we'll be introducing it next spring. It'll be implemented by next spring. And so we should see the rates of domestic violence in Alberta go down with this bill. And that we have all kinds of other programs in place to address domestic and family violence. Ek thoda hor program hai thode thode ministry de vich income support program hai ide bare vi sanu dasso vi ide vaste kon kon eligible hunde ne ji. Hanji, so income support, the Saudi ministry which budget hegi almost $1 billion. Saudi clients aaj mere khayal 60,000 to jyada pahunch chuke hai. I'm thinking it's about 61,000. 2014 vich it was half that, na? It's jede Saudi client load hegi, it's correlated with the unemployment rate. Is the eligibility le jede kafi vulnerable Albertans hege a jinne kol job nahi hege a bilkul paise nahi hege a o eligible hege a, like you can't have too many assets, and if you're unemployed you can apply for income support. It's a program of last resort. Matlab je thode kol bilkul kuch nahi hega tusi sarkar wal tusi aa sakde ha, assi thodi help karange through income support. ਹੁਣ ਇਹ ਵੀ ਜਿਹੜਾ ਪ੍ਰੋਗਰਾਮ ਹੈਗਾ ਮੈਂ ਵੀ ਆਪਣੇ ਡਿਪਾਰਟਮੈਂਟ ਨਾਲ ਗੱਲ ਕੀਤੀ ਹੈਗੀ ਆ ਤਾਂ ਸਟਾਫ ਨਾਲ ਗੱਲ ਕੀਤੀ ਹੈਗੀ ਵੀ ਹੁਣ ਤੁਸੀਂ ਪਹਿਲਾਂ ਤੁਸੀਂ ਧਿਆਨ ਰੱਖਦੇ ਸੀ ਇਨ ਪ੍ਰੋਸੈਸਿੰਗ ਐਪਲੀਕੇਸ਼ਨਸ ਐਂਡ ਕਲੈਕਟਿੰਗ ਡੇਟਾ ਹੁਣ ਮੈਂ ਕਿਹਾ ਤੁਸੀਂ ਹੁਣ ਸਾਡੀ ਜਿਹੜੀ ਪਲੈਟਫਾਰਮ ਹੈਗੀ ਇਸ ਜੋਬਸ ਇਕਾਨਮੀ ਐਂਡ ਪਾਈਪਲਾਈਨਸ ਹੁਣ ਜੋਬਸ ਇਜ਼ ਇਨ ਮਾਈ ਮਿਨਿਸਟਰੀ ਮੈਂ ਸਾਰਿਆਂ ਨੂੰ ਕਿਹਾ ਹੈਗਾ ਵੀ ਤੁਸੀਂ ਜਿਹੜੇ ਅਨਇੰਪਲੋਇਡ ਲੋਕ ਹੈਗੇ ਇਨਕਮ ਸਪੋਰਟ ਦੇ ਤੁਸੀਂ ਉਹਨਾਂ ਨਾਲ ਤੁਸੀਂ ਕੰਮ ਕਰੋ ਉਹਨਾਂ ਦੀ ਤੁਸੀਂ ਹੈਲਪ ਕਰੋ ਹੈਲਪ ਦਮ ਫਾਈਨ ਜੋਬਸ ਜੋ ਉਹਨਾਂ ਦੀ ਸਕਿੱਲਸ ਹੈਗੀਆਂ ਬੈਠ ਕੇ ਚੰਗੀ ਤਰ੍ਹਾਂ ਕੇਸ ਮੈਨੇਜਮੈਂਟ ਕਰੋ ਸੋ ਆਈ ਐਮ ਹੋਪਿੰਗ ਵੀ ਇਹ ਥੋੜ੍ਹੇ ਜਿਹੀ ਡਾਇਰੈਕਸ਼ਨਲ ਚੇਂਜ ਨਾਲ ਵੀਲ ਐਕਚੁਅਲੀ ਸੀ ਸਮ ਆਫ ਦ ਕੇਸ ਲੋਡ ਗੋ ਡਾਊਨ ਸਪੈਸ਼ਲੀ ਐਜ਼ ਦ ਇਕਨੋਮੀ ਇੰਪਰੂਵਸ ਤੇ ਇੱਕ ਇੱਕ ਜਿਹੜਾ ਕਨਸਰਨ ਸੀਗਾ ਜੀ ਕਿ ਬਹੁਤ ਸਾਰੀਆਂ ਸਾਡੀਆਂ ਆਰਗੇਨਾਈਜੇਸ਼ਨਸ ਨੂੰ ਪਿਛਲੀ ਸਰਕਾਰ ਗ੍ਰਾਂਟਾਂ ਜਾਰੀ ਕਰਦੀ ਰਹੀ ਹੈ ਕੀ ਉਹ ਗ੍ਰਾਂਟਸ ਹੁਣ ਬੰਦ ਹੋ ਰਹੀਆਂ ਨੇ ਨਹੀਂ ਜੀ ਹੁਣ ਪਿਛਲੀ ਸਰਕਾਰ ਨੇ ਕਾਫੀ ਸਾਰੀਆਂ ਦਿੱਤੀਆਂ ਸੀ ਗ੍ਰਾਂਟਸ ਐਂਡ ਦੈਟਸ ਗੁੱਡ ਐਂਡ ਦੋਸ ਵਰ ਵਨ ਟਾਈਮ ਗ੍ਰਾਂਟਸ ਐਂਡ ਦੋਸ ਆਰਗੇਨਾਈਜੇਸ਼ਨਸ ਲਾਈਕ PCHS ਦਿਲਵਾਕ ਐਕਸ਼ਨ ਡਿਗਨਿਟੀ ਦੇਰਸ ਅ ਨੰਬਰ ਆਫ north of McKnight, and there's a whole bunch of organizations. I'm happy that they got those grants, and CFEP program, SIP program, people can still apply through there. And main vi kehna chahundi ha je kisi koi organization hega jisnu khas lod hegi ha and they really need help, they need grant funding, tusi mere naal gal karo, tusi application bharo, and we'll assess it case by case. But jive tusi jande hege Rishi ji, we're in a very difficult economic situation here. Assi chahunde ha vi jehde sab to vulnerable Albertans hege, the ladies and women's shelters, jehde homeless shelters vich hege ne, assi pehla assi unna da dhyan dekhna hega. Hun meri budget, it's the highest budget that community and social services has ever had. But mere khyal vich oh jinna main bachiyan vaste kar sakdi ha in terms of prevention and early intervention, jehde bachiyan nu disabilities hegiyan ne, jehdi saadi disability community hegi, the homeless and victims of domestic violence, mera pura focus ta jor unna wal hega. But again, if somebody really needs some grant funding, please please come talk to me and we'll discuss it. Right, that's great. ਤੇ ਹੁਣ ਇਹ ਦੱਸੋ ਕਿ ਤੁਸੀਂ ਜਦੋਂ ਮਿਨਿਸਟਰੀ ਸੰਭਾਲੀ ਨਵਾਂ ਸਿਸਟਮ ਸੀ, ਸਾਰਾ ਕੁਝ ਨਵਾਂ ਸੀ, ਬਹੁਤ ਸਾਰੇ ਪਹਿਲਾ ਚੈਲੰਜ ਤਾਂ ਸਾਡੇ ਕੋਲ ਇਕਨੋਮਿਕ ਚੈਲੰਜ ਹੀ ਸੀ, ਹੋਰ ਕਿਹੜੇ ਚੈਲੰਜਸ ਸੀਗੇ ਜਿਹੜੇ ਤੁਸੀਂ ਫੇਸ ਕੀਤੇ ਆਫਟਰ ਬਿਕਮਿੰਗ ਮਿਨਿਸਟਰ? ਕਾਫੀ ਸਾਰੇ ਚੈਲੰਜਸ ਹੈਗੇ ਨੇ ਰਿਸ਼ੀ ਜੀ, ਪਹਿਲਾਂ ਤਾਂ ਟਾਈਮ ਲੱਗਦਾ ਹੈ, ਹੁਣ ਵੀ ਨਹੀਂ ਮੈਂ ਇਸ ਤਰ੍ਹਾਂ ਕਹਿਣਾ ਚਾਹੁੰਦੀ ਵੀ ਮੈਨੂੰ ਆਈ ਨੋ ਦ ਮਿਨਿਸਟਰੀ ਇਨਸਾਈਡ ਆਊਟ, ਹੈ ਨਾ, ਦੈਟ ਵੁੱਡ ਬੀ
a little bit arrogant because it takes time. Pura legislation, you have to understand the legislation. There's so many clients, jehde sade service providers vi hege ne, kafi sare hege a. But mere hisab na jehde sade sab to vaddi challenge hege a, jehde sade caseload pressures hege ne. Hun age de clients vi sade 70,000 tak pahunch jana hega, par oh ghatna nahi hega. Income support de clients vi, I hope ve ghat jange jab tak economy improve ho jayegi. Sade FSCD, a core program, hega, Family Services for Children with Disabilities. Usse vare mainu kafi fikar rehnda hai, kyunki sade clients us pasiyon vi vadh rahe hai, and mera dil hunda hai, vaisi bachiyan wal assi dhyan deye. Jo unhan nu zaruratan hegiyan, jo unhan de parivaran nu zaruratan hegiyan, unhan di assi seva karni hegi hai, bilkul ji. So, but the numbers are increasing. Budget sade flat hegi hai. So this is the biggest challenge. इसके करके मैं हमेशा कहती हूँ कि जेडे सारे पैसे हैं क्या? They're going to go to the most needy, the most vulnerable. ते हम अगला साल आ रहा है ते फिर थोड़ी ये priorities की हैं क्या? अगले साल priorities हैं क्या? First of all, असी Bill 17 ने असी शुरू implement करेंगे in spring. उससे ले असी stakeholder engagement करनी हैं क्या? और असी planning हो रही है. Income support program val main kafi dhyan devangi, case management val getting people back to work, and baki jehde sade sare programs hege ne, all of our disability programs, is vele sare programs e review ho rahi hai. Assi internally vi review kar rahe hain, baron vi external review vi ho rahi hai. Main roz main mildi hangi, meri meetings chaldiyan rehndiyan with people in the disability community, people in the homelessness sector. Sab kuch review ho raha hai, and that is the number one priority, to see how these programs are going to be transformed in the future. Te kal nu thoda koi open house bhi rakhya ji? Haan ji kal nu mere see Atiya ji hai ki mere na, she makes life so much easier. Neend to main bhul jana si kal nu mera open house hai ga. It's my Christmas open house. 1 to 3 baje tak assi bachiyan vaase vi kafi sari activities rakh rahe hain. And मैं सारे नू खुला सदा दे रही हूँ, भी तुसी जरूर आना मेरे दफ़र, and जे कोई questions भी हैगे उस समय तुसी जरूर मेनू पूछना। जी, ते final अखीर जे तुसी की कहना चाहोगे साढे सुनने वाले? Final विच a couple of things. I always have so much to say, Rishi ji, but एक कल मैं कहना चाहनी हूँ जरूर, वे कल मैं सुन रही थी radio, and Canadian Energy Centre वाले गल्ला हो रही हैं सी on REDFM. जी. And काफी सारी मेरे ख्याल गलत वहमियाँ हैगी यहाँ ते इससे बारे में next week मैं आना चाहती हूँ, if that's okay. I'd like to talk about the Canadian Energy Centre. जी क्योंकि मैं oil and gas industry विच 23 साल काम किता, and मेनु पता है वे काफी सारे गलत प्रचार हो रहे हैं from external members in industry, and पामे तो सी UCP दे member होन या NDP, Green Party, Liberal, जी सारे विच एक गल संजी हैगे वे सी सारे Albertans हैगे ने. जनों अल्बर्टा वे नुकसान होंदा सदे सारे अनु नुकसान होंदा है, so I want to come and talk about that. Yes, sure, जी. And finally, मैं थोड़े कोला ऋषि जी एक बुलेटिन छड़ांगी about important numbers to phone during the holidays. Okay. जी किसी नु भी कोई भी किसी चीज़ दी लोड होवे, we essential government services 24/7 दी सदी lines हैगी अने, तो एक में number देवांगी हैगी, I'll give one line, one number for sure. I think if anybody needs any help with income support, it's 1-866-644-5135. Right. Income support, the number main de rahi hai, because we have so many clients, vulnerable clients on income support. Ji. बहुत मेहरबानी राजन जी फॉर ज्वाइनिंग अस ते थानू क्रिसमस दियां बहुत मुबारकां थानू नवे साल दी बहुत बहुत मुबारक थैंक यू एंड मैं भी थानू भी ऋषि जी ते सारे श्रोतियां नू आई विश यू हैप्पी हॉलीडेज अ ब्लेस्ड हॉलीडे सीजन एंड लॉट्स ऑफ फैमिली टाइम विद योर लव्ड वंस थैंक यू जी बहुत मेहरबानी जी ते अज दा ए प्रोग्राम हुन मेनू इथे ही खत्म करन दी इजाजत दियो जी फिर होएगी मुलाकात सोमवार नू तुहाडा साडा रब राखा जी